ਪੰਜਾਬ ਸਰਕਾਰ ਨੂੰ ਇੱਕ ਕਲੀਅਰ ਚੇਤਾਵਨੀ ਦਿੰਦੇ ਆ, ਜੇ ਅੱਜ ਸਾਡੇ ਆਗੂ ਨਾ ਛੱਡੇ ਤੇ ਪੰਜਾਬ ਦੇ ਪੂਰੇ ਰੋਡ ਜਾਮ ਕਰਕੇ ਚੀਕਾਂ ਕਢਾ ਦਿਆਂਗੇ। ਚੀਕਾਂ ਪੈ ਗਈਆਂ ਸੀ ਨਾ ਸਾਰਿਆਂ ਦੀਆਂ, ਥੱਲੇ ਤੋਂ ਲੈ ਕੇ ਉੱਤੋਂ ਤੱਕ। ਕੇਜਰੀਵਾਲ ਕਰਪਟ ਨਹੀਂ, ਕੇਜਰੀਵਾਲ ਨੇ ਕੀਤਾ ਕੁਛ ਨਹੀਂ, ਨਾਲੇ ਸਾਬਤ ਆ ਸਾਡੇ ਆਗੂ ਦੇ ਕਰਪਸ਼ਨ ਦਾ ਦੋਸ਼ ਸਾਬਤ ਕਰਕੇ ਵਿਖਾਉਣ, ਤੇ ਤਾਂ ਹੀ ਅਸੀਂ ਇਹਨਾਂ ਨੂੰ ਹੈਕ ਤੇ ਹੱਥ ਮਾਰ ਕੇ ਕਹਿੰਦੇ ਆ ਕਿ ਲੈ ਕੇ ਜਾਵਾਂਗੇ, ਜਿੰਨਾ ਤੁਹਾਡੇ 'ਚ ਜ਼ੋਰ ਆ ਲਾ ਲਓ, ਛੜਾ ਕੇ ਲੈ ਕੇ ਜਾਵਾਂਗੇ। ਇੱਥੇ ਜਿਹੜੇ ਵੀ ਧਨਾਟੀ ਇਸ ਪੰਜਾਬ ਦੇ ਉੱਤੇ ਆਪਦੀ ਸੱਤਾ ਦਾ ਢੈਂਕਰ ਜਗਾਉਣ ਆਏ ਆ, ਉਹਨਾਂ ਨੂੰ ਇਹ ਪੰਜਾਬ ਨੇ ਤੋੜ ਕੇ ਸੁੱਟਿਆ, ਲਾਹ ਕੇ ਸੁੱਟਿਆ। ਸੋ ਇਸ ਕਰਕੇ ਐਰਕੀ ਆਮ ਆਦਮੀ ਦਾ ਵੀ ਪੱਤਾ ਜਿਹੜਾ ਸਾਫ਼ ਹੋ ਜਾਊਗਾ, 13 ਦੇ 13 ਦਾ, ਇਹਨਾਂ ਨੂੰ ਵੀ ਅਕਲ ਐਰਕੀ ਆ ਜਾਊਗੀ। ਅੱਜ ਉਹ ਮਹਿੰਦਰ ਮਾਸਟਰ ਦਾ ਮੁੰਡਾ ਨਹੀਂ ਹੈਗਾ, ਅੱਜ ਉਹ ਮੁੰਡਾ ਹੈਗਾ ਕਾਰਪੋਰੇਟ ਘਰਾਣਿਆਂ ਦਾ, ਉਹਨਾਂ ਦਾ ਪੋਤਾ, ਕਮਾਊ ਪੋਤਾ ਉਹਨਾਂ ਦਾ। ਕਾਰਪੋਰੇਟ ਘਰਾਣਿਆਂ ਦਾ ਹਿੱਸਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਸ ਕਰਕੇ ਅੱਜ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹਨਾਂ ਦੇ ਐਮ ਐਲ ਏ ਦੇ ਵੀ ਕਈ ਬਿਆਨ ਆਏ ਆ ਪਿੱਛੇ, ਜੋ ਕਹਿੰਦੇ ਆ ਕਿ ਮਤਲਬ ਵਿਹਲੇ ਆ ਕਿਸਾਨ, ਤਾਂ ਇਹਨਾਂ ਨੇ ਬੇੜਾ ਭਰਤਾ ਪੰਜਾਬ ਦਾ। ਬਿਲਕੁਲ ਵਿਹਲੇ ਆ, ਵਿਹਲੇ ਇਸ ਕਰਕੇ ਆ ਕਿ ਅਸੀਂ ਹਰਾਮ ਕਰਨ ਵਾਲਿਆਂ ਨੂੰ, ਜਿਹੜੇ ਇਸ ਮੁਲਕ ਨੂੰ ਲੁੱਟ ਕੇ ਆਪਦਾ ਘਰ ਭਰਦੇ ਆ, ਉਹਨਾਂ ਲਈ ਅਸੀਂ ਵਿਹਲੇ ਆ। ਇਹਨਾਂ ਲੀਰਾਂ ਤੋਂ ਅਸੀਂ ਨਾ ਅੱਜ ਡਰੀਏ ਤੇ ਨਾ ਕੱਲ ਡਰੀਏ, ਇਹਨਾਂ ਦੀ ਹੈਕ ਦੇ ਵਿੱਚ ਵੱਜ ਕੇ, ਇਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹਨਾਂ ਨੂੰ ਪੁੱਛਾਂਗੇ ਕਿ ਇੱਥੇ ਤੁਸੀਂ ਗਦਾਰੀਆਂ ਕੀਤੀਆਂ ਪੰਜਾਬ ਦੇ ਨਾਲ, ਉਹ ਗਦਾਰੀਆਂ ਦਾ ਖਜ਼ਾਨਾ ਜਿਹੜਾ ਤੁਹਾਨੂੰ ਭੁਗਤਣਾ ਪੈਣਾ। ਇਹ ਉਹਨਾਂ ਦੇ ਵਾਰਸ ਆ ਜਿਨ੍ਹਾਂ ਨੇ ਬੱਚਿਆਂ ਦੇ ਦਿਲ ਦੇ ਟੋਟੇ ਮੂੰਹ ਦੇ ਵਿੱਚ ਪਵਾਲੇ ਤੇ ਸਾਨੂੰ ਜੇਲ੍ਹਾਂ ਤੇ ਠਾਣਿਆਂ ਤੋਂ ਡਰਾਉਣੇ ਆ। ਅਸੀਂ ਤਾਂ ਜੇਲ੍ਹਾਂ ਠਾਣੇ ਨਹੀਂ, ਸਾਡੇ ਲਈ ਤਾਂ ਆਰੇ ਵੀ ਚੱਲ ਜਾਣ। ਮਾਂ ਨੂੰ ਕਹਿ ਦਿੰਦਾ ਇਹ ਟਕੇ ਟਕੇ ਵਾਲੇ ਨਾ, ਤੂੰ ਇਹਨਾਂ ਟਕੇ ਟਕੇ ਵਾਲਿਆਂ ਦੀਆਂ ਲਾਲਾਂ ਚੱਟਦਾ ਫਿਰਦਾ, ਅੱਜ ਲੋੜ ਆ ਤੁਸੀਂ ਉਹ ਟਕੇ ਟਕੇ ਵਾਲਿਆਂ ਦੇ, ਗੋਡੀ ਹੱਥ ਤੇਰੀ ਉਮਰ ਤੋਂ ਛੋਟਾ, ਉਹਦੇ ਪੈਰੀ ਹੱਥ ਲਾਉਣ ਤੱਕ ਜਾਣਾ ਤੂੰ। ਜਿਹੜੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਅਕਾਲੀ ਦਲ ਦੇ ਵਿੱਚ ਚੋਰ ਆ, ਕਾਂਗਰਸ ਦੇ ਵਿੱਚ ਚੋਰ ਆ, ਅੱਜ ਉਹਨਾਂ ਚੋਰਾਂ ਦੇ ਆਪਦਾ ਪੱਲਾ ਪਾ ਕੇ ਉਹਨਾਂ ਨੂੰ ਦੁੱਧ ਦੇ ਨਾਲ ਸਾਫ਼ ਕਰਕੇ ਕਹਿ ਦਿੰਦੇ ਆ ਇਹ ਅੰਦਾਗ ਹੋ ਗਏ। ਲੋਕ ਵਾਚ ਟੀਵੀ ਨਾਲ ਜੁੜੋ ਤੁਸੀਂ, ਮੈਂ ਮੁਮਤਾਜ਼। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ, ਦੀਪ ਸਿੰਘ ਵੱਲ ਨੂੰ ਅੱਜ ਸਵੇਰੇ ਗ੍ਰਿਫਤਾਰ ਕੀਤਾ ਗਿਆ, ਕੱਲ੍ਹ ਨੌਨਿਹਾਲ ਸਿੰਘ ਨੂੰ ਕੀਤਾ ਗਿਆ, ਤਾਂ ਉਸ ਤੋਂ ਬਾਅਦ ਇੱਕ ਆਗੂ ਨੂੰ ਹੋਰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ। ਬੀਜੇਪੀ ਦਾ ਵਿਰੋਧ ਕੀਤਾ ਸੀ ਉਹਨਾਂ ਨੇ, ਤਸਵੀਰ ਦਿਖਾ ਦਿੰਦੇ ਹਾਂ, ਸਾਦਕ ਥਾਣੇ ਦੇ ਬਿਲਕੁਲ ਸਾਹਮਣੇ ਖੜੇ ਆ, ਜਿਹੜੇ ਕਿਸਾਨ ਹੈ ਉਹ ਇੱਥੇ ਭਾਰੀ ਗਿਣਤੀ ਵਿੱਚ ਜਮ੍ਹਾਂ ਹੋ ਚੁੱਕੇ ਆ ਅਤੇ ਆਪਣਾ ਜਿਹੜਾ ਪ੍ਰਦਰਸ਼ਨ ਉਹ ਕਰ ਰਹੇ ਆ, ਅਤੇ ਆਖ ਰਹੇ ਆ ਕਿ ਜਿਹੜੇ ਸਾਡੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉੱਥੇ ਹੀ ਪਹੁੰਚੇ ਨੇ ਕਿਸਾਨ ਆਗੂ ਕੁਲਦੀਪ ਖਖਰਾਣਾ ਜੀ, ਗੱਲਬਾਤ ਕਰਦੇ ਹਾਂ ਬਾਈ। ਪਹਿਲਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਕਿਵੇਂ ਦੇਖਦੇ ਹੋ ਪਹਿਲਾਂ ਤਾਂ ਬੀਜੇਪੀ ਦਾ ਵਿਰੋਧ ਹੋ ਰਿਹਾ ਅਤੇ ਗ੍ਰਿਫਤਾਰ ਪੰਜਾਬ ਪੁਲਿਸ ਕਰ ਰਹੀ ਹੈ, ਜਿੱਥੇ ਸਰਕਾਰ ਹੀ ਨਹੀਂ ਬੀਜੇਪੀ ਦੀ? ਬਿਲਕੁਲ ਬਾਈ ਜੀ, ਪੰਜਾਬ ਦੇ ਲੋਕਾਂ ਨੂੰ ਦਿੱਲੀ ਬਾਰਡਰ ਤੋਂ ਕਹਿੰਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਆ, ਲੋਕੋ ਇਹਨੂੰ ਮੂੰਹ ਨਾ ਲਾਓ, ਪਰ ਲੋਕ ਬਦਲਾਅ ਦੇ ਚੱਕਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਆਏ। ਅੱਜ ਜਿਹੜੀ ਆਮ ਆਦਮੀ ਪਾਰਟੀ ਆ ਕਲੀਅਰ ਬੀਜੇਪੀ ਦੀ ਝੋਲੀ ਦੇ ਵਿੱਚ ਬੈਠੀ ਦਿਖਾਈ ਦੇ ਰਹੀ ਆ। ਕੱਲ੍ਹ ਬੀਜੇਪੀ ਦਾ ਸਾਡੇ ਆਗੂਆਂ ਨੇ, ਸਾਡੀ ਜਥੇਬੰਦੀ ਨੇ ਵੱਡੀ ਪੱਧਰ 'ਤੇ ਵਿਰੋਧ ਕੀਤਾ। ਵਿਰੋਧ ਕਰਨਾ ਸਾਡਾ ਜਾਇਜ਼ ਆ। ਜੇ ਦਿੱਲੀ ਨੂੰ ਜਾਂਦੇ ਪਿੰਡਾਂ ਵਾਲੇ ਲੋਕਾਂ ਨੂੰ ਰੋਕਿਆ ਗਿਆ ਤਾਂ ਅੱਜ ਦਿੱਲੀ ਵਾਲੇ ਸਾਡੇ ਪਿੰਡਾਂ ਦੇ ਵਿੱਚ ਕਿਹੜੇ ਮੂੰਹ ਨਾਲ ਵੜ ਰਹੇ ਆ? ਇਸ ਕਰਕੇ ਇਹਨਾਂ ਨੂੰ ਰੋਕਿਆ ਜਾਂਦਾ। ਅੱਜ ਸਾਡੇ ਆਗੂ ਹਰਜਿੰਦਰ ਸਿੰਘ, ਦੀਪ ਸਿੰਘ ਵਾਲਾ ਨੂੰ ਤੜਕੇ ਘਰੋਂ ਗ੍ਰਿਫਤਾਰ ਕੀਤਾ, ਧਰਨਾ ਲਾਇਆ, ਅਤੇ ਪੰਜਾਬ ਸਰਕਾਰ ਨੂੰ ਇੱਕ ਕਲੀਅਰ ਚੇਤਾਵਨੀ ਦਿੰਦੇ ਹਾਂ, ਜੇ ਅੱਜ ਸਾਡੇ ਆਗੂ ਨਾ ਛੱਡੇ
ਤੇ ਪੰਜਾਬ ਦੇ ਪੂਰੇ ਰੋਡ ਜਾਮ ਕਰਕੇ ਚੀਕਾਂ ਕਢਾ ਦੇਵਾਂਗੇ ਸਰਕਾਰ ਨੂੰ, ਦੱਸ ਦਿਆਂਗੇ ਕਿ ਕਿਰਤ ਕਰਨ ਵਾਲੇ ਲੋਕਾਂ ਦੀ ਤਾਕਤ ਕੀ ਆ ਅਤੇ ਤੁਹਾਡੀ ਲਟੇਰੇ ਲੋਕਾਂ ਦੀ ਤਾਕਤ ਕੀ ਆ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਕਰਪਟ ਸਿਰੇ ਦੀ ਜਿਹੜੀ ਇਹ ਆਮ ਆਦਮੀ ਪਾਰਟੀ ਆ, ਚੋਰਾਂ ਅਤੇ ਡਾਕੂਆਂ ਦੀ ਪਾਰਟੀ ਆ, ਜਿਹੜੇ ਦੂਜੇ ਪਾਰਟੀਆਂ ਦੇ ਚੋਰ ਅਤੇ ਕਰਪਟ ਲੋਕ ਆ, ਉਹ ਸਾਰਾ ਗੰਦ ਮੱਲ ਜੋ ਸਾਰਾ ਆਮ ਆਦਮੀ ਪਾਰਟੀ ਦੇ ਵਿੱਚ ਇਸ ਟਾਈਮ ਇਕੱਠਾ ਹੋ ਗਿਆ। ਜਿਹੜੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਅਕਾਲੀ ਦਲ ਦੇ ਵਿੱਚ ਚੋਰ ਆ, ਕਾਂਗਰਸ ਦੇ ਵਿੱਚ ਚੋਰ ਆ, ਅੱਜ ਉਹਨਾਂ ਚੋਰਾਂ ਦੇ ਆਪਦਾ ਪੱਲਾ ਪਾ ਕੇ ਉਹਨਾਂ ਨੂੰ ਦੁੱਧ ਦੇ ਨਾਲ ਸਾਫ ਕਰਕੇ ਕਹਿ ਦਿੰਦੇ ਆ ਇਹ ਅੰਦਾਗ ਹੋ ਗਏ। ਸੋ ਇਸ ਕਰਪਸ਼ਨ ਵਾਲੀ ਨੂੰ, ਕਰਪਟ ਪਾਰਟੀ ਨੂੰ, ਬੀਜੇਪੀ RSS ਦੀ ਬੀ ਟੀਮ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਸਾਡੇ ਆਗੂ ਆ ਜਿਹੜੇ ਤੁਰੰਤ ਰਿਹਾ ਕੀਤੇ ਜਾਣ, ਨਹੀਂ ਫਿਰ ਜਿਵੇਂ ਅਸੀਂ ਆਪਦੇ ਤਰੀਕੇ ਨਾਲ ਕਰਾਉਣੇ ਆ ਅਤੇ ਉਹ ਕਰਾ ਕੇ ਤਾਂ ਹਟਾਂਗੇ ਜੀ। ਪਹਿਲਾਂ ਜਦੋਂ ਦਿੱਲੀ ਜਾਂਦੇ ਸੀਗੇ ਉਦੋਂ ਤਾਂ ਸਰਕਾਰ ਰੋਕਦੀ ਸੀ, ਪੁਲਿਸ ਰੋਕਦੀ ਸੀਗੀ, ਕਿਉਂਕਿ ਚਲੋ ਬਾਹਰਲੀ ਸਟੇਟ ਹੈ, ਪਰ ਪੰਜਾਬ ਦੇ ਵਿੱਚ ਹੀ ਹੁਣ ਰੋਕਿਆ ਜਾ ਰਿਹਾ ਕਿਸਾਨਾਂ ਨੂੰ, ਕੀ ਲੱਗਦਾ ਵੀ ਕਿਹਨਾਂ ਦਾ ਰਾਜ ਹੈ? ਬਿਲਕੁਲ, ਕਾਰਪੋਰੇਟ ਘਰਾਣਿਆਂ ਦਾ ਰਾਜ ਆ ਜੀ। ਕਾਰਪੋਰੇਟ ਘਰਾਣੇ ਆ ਜਿਹੜੇ ਉਹ ਪੰਜਾਬ ਦੇ ਉੱਤੇ ਵੱਡੀ ਪੱਧਰ 'ਤੇ ਭਾਰੂ ਪੈ ਚੁੱਕੇ ਆ। ਕਾਰਪੋਰੇਟ ਘਰਾਣਿਆਂ ਦਾ ਹਿੱਸਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਸ ਕਰਕੇ ਅੱਜ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹਨਾਂ ਦੀ ਆਵਾਜ਼ ਆ ਜਿਹੜੀ ਘੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਇਹਨਾਂ ਨੂੰ ਦੱਸ ਦਿੰਦੇ ਹਾਂ ਕਿ ਇੱਥੇ ਜਾਬਰ ਦਾ ਵੀ ਮੂੰਹ ਤੋੜ ਵਿਰੋਧ ਕੀਤਾ ਗਿਆ, ਇੱਥੇ ਬਾਬਰ ਦਾ ਵੀ ਕੀਤਾ ਗਿਆ, ਇੱਥੇ ਜਿਹੜੇ ਵੀ ਧਨਾਟੀ ਇਸ ਪੰਜਾਬ ਦੇ ਉੱਤੇ ਆਪਦੀ ਸੱਤਾ ਦਾ ਢੈਂਕਰ ਜਗਾਉਣ ਆਏ ਆ, ਉਹਨਾਂ ਨੂੰ ਇਹ ਪੰਜਾਬ ਨੇ ਤੋੜ ਕੇ ਸੁੱਟਿਆ, ਲਾਹ ਕੇ ਸੁੱਟਿਆ। ਸੋ ਇਸ ਕਰਕੇ ਐਰਕੀ ਆਮ ਆਦਮੀ ਦਾ ਵੀ ਪੱਤਾ ਜਿਹੜਾ ਸਾਫ਼ ਹੋ ਜੂਗਾ, 13 ਦੇ 13 ਦਾ, ਇਹਨਾਂ ਨੂੰ ਵੀ ਅਕਲ ਐਰਕੀ ਆਜੂਗੀ ਕਿ ਜਿਵੇਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀਆਂ ਕਰਾਂਗੇ ਅਤੇ ਪੰਜਾਬ ਦੇ ਲੋਕ ਉਹਦਾ ਸਬਕਾ ਜਿਹੜਾ ਵੋਟ ਦੇ ਨਾਲ ਅਤੇ ਚੋਟ ਦਿੰਦੇ ਆ, ਉਹ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ। ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿੰਦੇ ਆ ਮੈਂ ਕਿਸਾਨਾਂ ਦਾ ਮੁੰਡਾ, ਪਰ ਅੱਜ ਕਿਸਾਨਾਂ ਨੂੰ ਜ਼ਿਲ੍ਹੇ ਵਿੱਚ ਕਿਉਂ ਡੱਕ ਰਹੇ? ਫਿਰ ਕਿਸਾਨਾਂ ਦਾ ਮੁੰਡਾ ਸੀ ਜਦੋਂ ਉਹ ਸੱਤਾ ਤੋਂ ਬਾਹਰ ਸੀ, ਰਾਜਨੀਤੀ ਦੇ ਨਾਲ ਕੋਈ ਲੱਲਾ ਕੱਖਾ ਨਹੀਂ ਸੀ, ਉਦੋਂ ਵਾਕਿਆ ਮਹਿੰਦਰ ਮਾਸਟਰ ਦਾ ਮੁੰਡਾ ਸੀ। ਅੱਜ ਉਹ ਮਹਿੰਦਰ ਮਾਸਟਰ ਦਾ ਮੁੰਡਾ ਨਹੀਂ ਹੈਗਾ, ਅੱਜ ਉਹ ਮੁੰਡਾ ਹੈਗਾ ਕਾਰਪੋਰੇਟ ਘਰਾਣਿਆਂ ਦਾ, ਉਹਨਾਂ ਦਾ ਪੋਤਾ, ਕਮਾਊ ਪੋਤਾ ਉਹਨਾਂ ਦਾ। ਇਸ ਕਰਕੇ ਅੱਜ ਕਿਸਾਨਾਂ ਦਾ ਅਟੈਕ ਆ ਜਿਹੜਾ ਉਹਦੇ ਨਾਲ ਉਹ ਲੈ ਚੁੱਕਿਆ, ਅੱਜ ਕਿਸਾਨਾਂ ਦਾ ਵਿਰੋਧੀ ਆ, ਅੱਜ ਮਜ਼ਦੂਰਾਂ ਦਾ ਵਿਰੋਧੀ ਆ। ਅੱਜ ਮੰਡੀਆਂ ਦੇ ਵਿੱਚ ਪਹਿਲਾਂ ਕਿਸਾਨ ਰੁਲਿਆ, ਮੰਡੀਆਂ ਚਲਾਉਣ ਵਾਸਤੇ ਰੋਡ ਜਾਮ ਕੀਤੇ ਪਏ, ਫਿਰ ਅੱਜ ਜੇ ਗੱਲ ਕਰੀਏ ਅੱਜ ਕਣਕ ਚੁਕਾਉਣ ਵਾਸਤੇ ਮੰਡੀਆਂ ਦੇ ਵਿੱਚੋਂ ਮਜ਼ਦੂਰਾਂ ਨੂੰ ਰੋਲਿਆ ਜਾ ਰਿਹਾ, ਅੱਜ ਮਜ਼ਦੂਰ ਮੰਡੀਆਂ ਦੇ ਵਿੱਚ ਰੋ ਰਹੇ ਆ। ਇਸ ਕਰਕੇ ਮਾਨ ਆ ਜਿਹੜਾ ਕਿਸਾਨਾਂ ਦਾ ਵੀ ਵਿਰੋਧੀ ਆ ਅਤੇ ਮਜ਼ਦੂਰਾਂ ਦਾ ਵੀ ਵਿਰੋਧੀ ਆ, ਕਿਸਾਨ ਮਜ਼ਦੂਰ ਵਿਰੋਧੀ ਸਰਕਾਰ ਆ ਜਿਹੜੀ ਆਮ ਆਦਮੀ ਦੀ, ਬਿਲਕੁਲ ਨੰਗੀ ਚਿੱਟੀ ਸਾਫ਼ ਹੋ ਚੁੱਕੀ ਆ। ਇਹਨਾਂ ਦੇ MLA ਦੇ ਵੀ ਕਈ ਬਿਆਨ ਆਏ ਆ ਪਿੱਛੇ ਜੋ ਕਹਿੰਦੇ ਆ ਕਿ ਮਤਲਬ ਵਿਹਲੇ ਆ ਕਿਸਾਨ, ਤਾਂ ਇਹਨਾਂ ਨੇ ਬੇੜਾ ਭਾਤਾ ਪੰਜਾਬ ਦਾ। ਬਿਲਕੁਲ ਵਿਹਲੇ ਆ, ਵਿਹਲੇ ਇਸ ਕਰਕੇ ਆ ਕਿ ਅਸੀਂ ਹਰਾਮ ਕਰਨ ਵਾਲਿਆਂ ਨੂੰ ਜਿਹੜੇ ਇਸ ਮੁਲਕ ਨੂੰ ਲੁੱਟ ਕੇ ਆਪਦਾ ਘਰ ਭਰਦੇ ਆ, ਉਹਨਾਂ ਲਈ ਅਸੀਂ ਵਿਹਲੇ ਹਾਂ। ਉਹਨਾਂ ਦੀ ਧੌਣ 'ਤੇ ਗੋਡਾ ਰੱਖ ਕੇ ਉਹਨਾਂ ਤੋਂ ਸਾਡੇ ਦਹਾਂ ਨੌਵਾਂ ਦੀ ਕਿਰਤ ਕਰਨ ਵਾਲਿਆਂ ਦਾ ਫੰਡ ਆ ਜਿਹੜਾ ਉਹ ਵਾਪਸ ਉਹਨਾਂ ਲੋਕਾਂ ਵਿੱਚ ਭੇਜਣ ਦੇ ਲਈ ਅਸੀਂ ਵਿਹਲੇ ਹਾਂ। ਪਰ ਜੇ ਇਹ ਕਹਿਣ ਇਹ ਘਰਾਂ ਤੋਂ ਵਿਹਲੇ ਆ, ਸਾਡੇ ਘਰਾਂ ਦੇ ਵਿੱਚ ਜਾ ਕੇ ਵੇਖੋ, ਅਸੀਂ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਹਾਂ, ਹੁਣ ਪਸ਼ੂਆਂ ਦਾ ਆਪਦਾ ਕੰਮ ਨਿਬੇੜ ਕੇ ਆਏ ਹਾਂ, ਕਿਉਂਕਿ ਹੱਥ ਨੂੰ ਅਸੀਂ ਉਹ ਕਿਰਤ ਖਾਣੀ ਆ, ਅਸੀਂ ਤੁਹਾਡੇ ਵਾਂਗੂ 2 ਨੰਬਰ ਦਾ ਨਹੀਂ ਖਾਣਾ ਕਿ ਸਾਡੇ ਟੇਬਲ 'ਤੇ 1 ਲੱਖ ਰੁਪਈਆ 2 ਲੱਖ ਰੁਪਈਆ ਮਹੀਨੇ ਦਾ ਪਹੁੰਚ ਜਾਣਾ, ਸਾਡੇ ਕੋਲ ਉਹ ਨਹੀਂ ਪਹੁੰਚਣਾ। ਅਸੀਂ ਇਸ ਕਰਕੇ ਵਿਹਲੇ ਜ਼ਰੂਰ ਹਾਂ ਇਹਨਾਂ ਨੂੰ ਸਬਕ ਸਿਖਾਉਣ,
ਵਾਸਤੇ, ਇਹਨਾਂ ਨੂੰ ਚੋਰਾਂ ਨੂੰ ਇਸ ਪੰਜਾਬ ਦੇ ਵਿੱਚੋਂ ਕੱਢਣ ਵਾਸਤੇ ਅਸੀਂ ਬਿਲਕੁਲ ਵਿਹਲੇ ਹਾਂ। ਜਦੋਂ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਕਹਿੰਦੀ ਕਿ ਡੈਮੋਕ੍ਰੇਸੀ ਦਾ ਘਾਣ ਕੀਤਾ ਗਿਆ, ਹੁਣ ਜਦੋਂ ਕਿਸਾਨਾਂ ਨੂੰ ਵਿਰੋਧ ਕਰਨ ਦੇ ਗ੍ਰਿਫਤਾਰ ਕੀਤਾ, ਹੁਣ ਨਹੀਂ ਘਾਣ ਹੋ ਰਿਹਾ, ਹੁਣ ਡੈਮੋਕ੍ਰੇਸੀ ਕਿੱਧਰ ਗਈ? ਇਹ ਭਗਵੰਤ ਮਾਨ ਨੂੰ ਪੁੱਛਦੇ, ਨਾਲੇ ਇਹਨਾਂ ਦੇ ਆਕਾਂ ਨੂੰ ਕੇਜਰੀਵਾਲ ਨੂੰ ਪੁੱਛਦੇ ਆ। ਚੀਕਾਂ ਪੈ ਗਈਆਂ ਸੀ ਨਾ ਸਾਰਿਆਂ ਦੀਆਂ, ਥੱਲੇ ਤੋਂ ਲੈ ਕੇ ਉੱਤੋਂ ਤੱਕ, ਕੇਜਰੀਵਾਲ ਕਰਪਟ ਨਹੀਂ, ਕੇਜਰੀਵਾਲ ਨੇ ਕੀਤਾ ਕੁਛ ਨਹੀਂ, ਨਾਲੇ ਸਾਬਤ ਆ ਕਿ ਕੇਜਰੀਵਾਲ ਨੇ ਕਰਪਸ਼ਨ ਕੀਤੀ ਆ, ਵੱਡੇ ਪੱਧਰ 'ਤੇ ਕੀਤੀ ਆ, ਕਰੋੜਾਂ ਰੁਪਈਆਂ 'ਚ ਕੀਤੀ ਆ। ਸਾਡੇ ਆਗੂ 'ਤੇ ਕਰਪਸ਼ਨ ਦਾ ਦੋਸ਼ ਸਾਬਤ ਕਰਕੇ ਵਿਖਾਉਣ, ਅਤੇ ਤਾਂ ਹੀ ਅਸੀਂ ਇਹਨਾਂ ਨੂੰ ਹੈੱਕ 'ਤੇ ਹੱਥ ਮਾਰ ਕੇ ਕਹਿੰਦੇ ਹਾਂ ਕਿ ਲੈ ਕੇ ਜਾਵਾਂਗੇ, ਜਿੰਨਾ ਤੁਹਾਡੇ 'ਚ ਜ਼ੋਰ ਆ ਲਾ ਲਓ, ਛੜਾ ਕੇ ਲੈ ਕੇ ਜਾਵਾਂਗੇ। ਅਸੀਂ ਵੀ ਉਸ ਮੁਲਕ ਦੇ ਮਛਿੰਦੇ ਹਾਂ ਜਿਹਦਾ ਭਗਤ ਸਿੰਘ ਸੀ, ਅਸੀਂ ਵੀ ਉਸ ਸੋਚ 'ਤੇ ਚੱਲਦੇ ਹਾਂ ਜਿਹੜੀ ਸੋਚ 'ਤੇ ਭਗਤ ਸਿੰਘ ਚੱਲਦਾ ਸੀ। ਨਾ ਸਾਨੂੰ ਜੇਲ੍ਹਾਂ ਦਾ ਡਰ, ਨਾ ਥਾਣਿਆਂ ਦਾ, ਅਤੇ ਨਾ ਰੱਸਿਆਂ ਦਾ, ਕੋਈ ਡਰ ਨਹੀਂ। ਸੱਚ 'ਤੇ ਲੜਦੇ ਹਾਂ, ਲੜਾਂਗੇ ਸੱਚ 'ਤੇ, ਇਹਨਾਂ ਦੀ ਧੌਣ 'ਤੇ ਗੋਡਾ ਰੱਖ ਕੇ ਸੱਚ ਇਹਨਾਂ ਤੋਂ ਮਨਾਵਾਂਗੇ। ਸੱਚ ਦੇ ਪਿੱਛੇ ਕਦੇ ਵੀ ਪਿੱਛੇ ਨਹੀਂ ਹਟਾਂਗੇ, ਆਪਦੇ ਆਗੂ ਨੂੰ ਇੱਥੋਂ ਲੈ ਕੇ ਹਿੱਲਾਂਗੇ, ਨਹੀਂ ਤੜਕੇ ਨੂੰ ਪੰਜਾਬ ਦੀ ਸਥਿਤੀ ਆਪ ਹੀ ਵੇਖ ਲਿਓ, ਪੂਰੇ ਪੰਜਾਬ ਦੇ ਰੋਡ ਆ ਜਿਹੜੇ ਕੱਲ੍ਹ ਨੂੰ ਜਾਮ ਹੋਣਗੇ ਜੇ ਅੱਜ ਆਗੂ ਨਾ ਛੱਡੇ। ਜਿਵੇਂ ਐਂ ਜੇਲ੍ਹਾਂ ਵਿੱਚ ਡੱਕ ਕੇ ਜਾਂ ਐਂ ਜੇਲ੍ਹ ਥਾਣੇ ਲੈ ਗਏ, ਤੁਸੀਂ ਹਟ ਜਾਓਗੇ ਵਿਰੋਧ ਕਰਨ ਨੂੰ ਬੀਜੇਪੀ ਦਾ? ਦੇਖੋ ਜੀ, ਇਹਨਾਂ ਨੂੰ ਸਾਡੇ ਇਤਿਹਾਸ ਦਾ ਹੀ ਨਹੀਂ ਪਤਾ, ਇਹ ਸਾਡੇ ਲੋਕ ਇਤਿਹਾਸ ਦੇ ਬਾਰੇ ਜਾਣਦੇ ਹੀ ਨਹੀਂ। ਇਹ ਉਹਨਾਂ ਦੇ ਵਾਰਸ ਆ ਜਿਨ੍ਹਾਂ ਨੇ ਬੰਦ ਕਟਵਾ ਲਏ, ਇਹ ਉਹਨਾਂ ਦੇ ਵਾਰਸ ਆ ਜਿਨ੍ਹਾਂ ਨੇ 7 ਅਤੇ 9 ਸਾਲ ਦੀਆਂ ਮਾਸੂਮ ਜਿੰਦਾਂ ਨੀਆਂ ਦੇ ਵਿੱਚ ਚਿਣਾ ਲੀਆਂ, ਇਹ ਉਹਨਾਂ ਦੇ ਵਾਰਸ ਆ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਗਲਾਂ ਦੇ ਵਿੱਚ ਪਵਾ ਲਏ, ਇਹ ਉਹਨਾਂ ਦੇ ਵਾਰਸ ਆ ਜਿਨ੍ਹਾਂ ਨੇ ਬੱਚਿਆਂ ਦੇ ਦਿਲ ਦੇ ਟੋਟੇ ਮੂੰਹ ਦੇ ਵਿੱਚ ਪਵਾ ਲਏ, ਅਤੇ ਸਾਨੂੰ ਜੇਲ੍ਹਾਂ ਅਤੇ ਥਾਣਿਆਂ ਤੋਂ ਡਰਾਉਣੇ ਆ? ਅਸੀਂ ਤਾਂ ਜੇਲ੍ਹਾਂ ਥਾਣੇ ਨਹੀਂ, ਸਾਡੇ ਲਈ ਤਾਂ ਆਰੇ ਵੀ ਚੱਲ ਜਾਣ, ਇਸ ਮੁਲਕ ਦੀ ਖਾਤਰ ਬਣੇ ਆ। ਬੇਸ਼ੱਕ ਜਨਰਲ ਡਾਇਰ ਦੀ ਤਰ੍ਹਾਂ ਇਹ ਕੰਮ ਕਰ ਰਹੇ ਆ, ਉਵੇਂ ਗੋਲੀਆਂ ਵੀ ਚਲਾ ਦੇਣ, ਸੱਚ ਤੋਂ ਨਾ ਹਟੇ ਆ, ਨਾ ਹਟਣਾ, ਨਾ ਇਹ ਸਾਡੀ ਆਵਾਜ਼ ਅੱਜ ਬੰਦ ਕਰ ਸਕਦੇ ਆ, ਨਾ ਕੱਲ੍ਹ ਬੰਦ ਕਰ ਸਕਦੇ ਆ। ਇਹ ਸੱਚ ਦੀ ਆਵਾਜ਼ ਆ ਜਿਹੜੀ ਆਈ ਗੂੰਜੂਗੀ, ਚਾਹੇ ਉਹਦਾ ਸਾਨੂੰ ਮੌਤ ਦਾ ਸਾਡਾ ਕਿਉਂ ਨਾ ਹੋ ਜਾਵੇ, ਬਰੰਟ ਆ ਜਾਣ, ਪਰ ਅਸੀਂ ਇਹਨਾਂ ਗਦਾਰਾਂ ਤੋਂ ਨਹੀਂ ਡਰਦੇ। ਅਸੀਂ ਡਰਦੇ ਹਾਂ ਉਹ ਭਗਤ ਸਿੰਘ ਜਿਹੜਾ ਇਸ ਮੁਲਕ ਨੂੰ ਯਾਦ ਕਰਾਉਣ ਵਾਸਤੇ ਆਪਣਾ ਆਪ ਲਾ ਗਿਆ। ਅਸੀਂ ਡਰਦੇ ਹਾਂ ਆਪਦੇ ਸੱਚੇ ਗੁਰੂ ਗ੍ਰੰਥ ਸਾਹਿਬ ਤੋਂ, ਇਹਨਾਂ ਲੀਰਾਂ ਤੋਂ। ਅਸੀਂ ਨਾ ਅੱਜ ਡਰੀਏ ਅਤੇ ਨਾ ਕੱਲ੍ਹ ਡਰੀਏ, ਇਹਨਾਂ ਦੀ ਹੈੱਕ ਦੇ ਵਿੱਚ ਵੱਜ ਕੇ, ਇਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹਨਾਂ ਨੂੰ ਪੁੱਛਾਂਗੇ ਕਿ ਇੱਥੇ ਤੁਸੀਂ ਗਦਾਰੀਆਂ ਕੀਤੀਆਂ ਪੰਜਾਬ ਦੇ ਨਾਲ, ਉਹ ਗਦਾਰੀਆਂ ਦਾ ਖਜ਼ਾਨਾ ਜਿਹੜਾ ਤੁਹਾਨੂੰ ਭੁਗਤਣਾ ਪੈਣਾ। ਕੁਝ ਦਿਨ ਪਹਿਲਾਂ ਸਿਮਰਜੀਤ ਸਿੰਘ ਮਾਨ ਦਾ ਇੱਕ ਬਿਆਨ ਆਉਂਦਾ, ਜਦੋਂ ਪਟਿਆਲੇ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਦਾ, ਉਹ ਬੀਜੇਪੀ ਤੋਂ ਉਮੀਦਵਾਰ, ਉਹਦਾ ਵਿਰੋਧ ਕੀਤਾ ਗਿਆ, ਕਹਿੰਦੇ ਟਕੇ ਟਕੇ ਦੇ ਕਿਸਾਨ ਘੇਰਦੇ ਫਿਰਦੇ ਬੀਜੇਪੀ ਵਾਲਿਆਂ ਨੂੰ, ਸਿਮਰਜੀਤ ਸਿੰਘ ਮਾਨ ਦਾ ਕਹਿਣਾ ਸੀ? ਬਿਲਕੁਲ, ਮਾਨ ਦਾ ਅਸਲ 'ਚ ਨਾ ਉਹਦੇ ਵੱਸ ਨਹੀਂ ਹੋਣ, ਉਹਦਾ ਦਿਮਾਗ ਉਮਰ ਦੇ ਹਿਸਾਬ ਨਾਲ ਬੰਦੇ ਦਾ ਦਿਮਾਗ ਆ ਜਿਹੜਾ ਸੁੰਨ ਹੋ ਜਾਂਦਾ, ਪਹਿਲੀ ਗੱਲ ਤਾਂ ਇਹ। ਦੂਜੀ ਗੱਲ, ਮਾਨ ਨੂੰ ਕਹਿ ਦਿੰਦਾ ਇਹ ਟਕੇ ਵਾਲੇ ਨਾ, ਤੂੰ ਇਹਨਾਂ ਟਕੇ ਵਾਲਿਆਂ ਦੀਆਂ ਲਾਲਾਂ ਚੱਟਦਾ ਫਿਰਦਾ, ਅੱਜ ਲੋੜ ਆ ਤੁਸੀਂ ਉਹ ਟਕੇ ਵਾਲਿਆਂ ਦੇ ਗੋਡੀ ਹੱਥ, ਤੇਰੀ ਉਮਰ ਤੋਂ ਛੋਟਾ, ਉਹਦੇ ਪੈਰੀਂ ਹੱਥ ਲਾਉਣ ਤੱਕ ਜਾਣਾ ਤੂੰ। ਇਸ ਕਰਕੇ ਇਹ ਟਕੇ ਵਾਲੇ ਜਦੋਂ ਇਹਨਾਂ ਦਾ ਏਕਾ ਹੋ ਜਾਂਦਾ ਨਾ, ਉਦੋਂ ਇਹਨਾਂ ਨੂੰ ਟਕੇ ਵਾਲੇ ਆ ਜਿਹੜਾ ਭੱਜਾਂ ਲਾ ਦਿੰਦੇ ਆ, ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਉੱਤੇ ਅੱਜ ਟਕੇ ਵਾਲਿਆਂ ਦੀ ਅੱਖ ਬਾਜ ਵਾਂਗੂ ਆ। ਟਕੇ ਵਾਲਿਆਂ ਨੇ ਮੁਲਕ ਯਾਦ ਕਰਾਇਆ ਸੀ, ਟਕੇ ਵਾਲੇ ਹੀ ਇਸ ਮੁਲਕ ਨੂੰ ਆਪਣਾ ਜਿਹੜਾ ਟੈਕਸ ਦੇ ਕੇ ਖਜ਼ਾਨਾ ਭਰਦੇ, ਅਤੇ ਟਕੇ ਵਾਲੇ ਆਪਦੀ ਕਿਰਤ ਕਰਕੇ ਆਪਦੇ ਪਰਿਵਾਰ ਨੂੰ ਭਲਦੇ ਪਾਲਦੇ, ਇਸ ਕਰਕੇ ਟਕੇ ਵਾਲੇ ਇਹਨਾਂ 'ਤੇ ਭਾਰੂ ਪੈਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਇਸ ਰੋਸ ਤੋਂ ਬਾਅਦ ਜਾਇਦ ਅੱਗੇ ਜੋ ਵੀ ਚੱਲੂਗਾ ਰਿਹਾ ਕਰਨਗੇ ਅੱਗੋਂ? ਬਿਲਕੁਲ 100% ਕਰਾਵਾਂਗੇ। ਇਹ ਸਿਮਰ ਭਗਵੰਤ ਮਾਨ ਨੂੰ ਬਿਲਕੁਲ ਕਲੀਅਰ ਚੇਤਾਵਨੀ ਆ।
ਤੂੰ ਸਾਡੇ ਬੰਦੇ ਨੂੰ ਬਿਲਕੁਲ ਨਜਾਇਜ਼ ਅਰੈਸਟ ਕੀਤਾ ਤੇ ਇਸ ਕਰਕੇ ਇਹ ਭੁੱਲ ਜਿਓ ਕਿ ਪਹਿਲਾਂ ਆਗੂ ਪਰਚੇ ਕੇਸ ਪਾ ਕੇ ਜੇਲ੍ਹਾਂ 'ਚ ਡੱਕ ਦਿਆਂਗੇ ਅਤੇ ਆਗੂ ਆਪੋ ਆਪਣੇ ਘਰਾਂ 'ਚ ਉੱਠ ਜਾਣਗੇ, ਜਾਂ ਜਿਹੜੇ ਪਹਿਲਾਂ ਪਿਛਲੇ ਵੇਖੇ ਜਥੇਬੰਦੀਆਂ ਤੋਂ ਬਾਹਰ ਬੰਦੇ ਸੀਗੇ ਜਿਹੜੇ, ਅਸੀਂ ਉਹ ਨਹੀਂ ਹੈ। ਅਸੀਂ ਤਾਂ ਅੱਜ ਇੱਕ ਥਾਣਾ ਬੰਦ ਕੀਤਾ ਅਤੇ ਕੱਲ੍ਹ ਨੂੰ ਸੂਬਾ ਕਮੇਟੀ ਦੀ ਕੌਲ ਆ ਗਈ ਪੂਰੇ ਪੰਜਾਬ ਦੇ ਥਾਣੇ ਬੰਦ ਕਰ ਦਿਆਂਗੇ, ਅਤੇ ਉਹਨਾਂ ਚਿਰ ਨਹੀਂ ਪਿੱਛੇ ਮੁੜਦੇ ਜਿੰਨਾ ਚਿਰ ਸਾਡਾ ਆਗੂ ਨਹੀਂ ਛੱਟਿਆ ਜਾਂਦਾ। ਅੱਜ ਤਾਂ ਟੇਲਰ ਦਿਖਾਉਣ ਵਾਸਤੇ ਆਏ ਹਾਂ, ਜੇ ਤਾਂ ਟੇਲਰ ਨਾਲ ਸਮਝ ਗਏ ਸਹੀ ਆ ਨਹੀਂ ਫਿਲਮ ਦਾ ਰੋਲ, ਕੱਲ੍ਹ ਨੂੰ ਫਿਰ ਇਹ ਆਪ ਹੀ ਵੇਖਣਗੇ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਅਤੇ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਕਿ ਹਾਲੇ ਸਿਰਫ ਟ੍ਰੇਲਰ ਦਿਖਾਇਆ, ਜੇਕਰ ਸਾਡੇ ਆਗੂ ਨੂੰ ਰਿਹਾਅ ਨਾ ਕੀਤਾ ਤਾਂ ਪੰਜਾਬ ਦੀਆਂ ਸੜਕਾਂ ਸਾਰੀਆਂ ਜਾਮ ਕਰ ਦਿਆਂਗੇ ਅਤੇ ਨਾਲ ਪੰਜਾਬ ਸਰਕਾਰ ਅਤੇ ਬੀਜੇਪੀ ਸਰਕਾਰ 'ਤੇ ਸਵਾਲ ਜਵਾਬ ਕੀਤੇ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ, ਦੇਖਦੇ ਲੋਕਸ ਟੀਵੀ। ਧੰਨਵਾਦ।